ਟਰੂਥਵੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ। ਬਠਿੰਡਾ ਬਲਾਕ ਦੀਆਂ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਅਤੇ ਮਸਲਿਆਂ ਦੇ ਸੰਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਵਰਕਰ ਅਤੇ ਹੈਲਪਰ ਆਪਣੇ ਕੱਟੇ ਹੋਏ ਰੁਪਏ ਲੈਣ ਲਈ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਦੁਆਰਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦੇ ਰਾਹ 'ਤੇ ਤੁਰਨਾ ਪੈ ਰਿਹਾ ਹੈ। ਆਓ ਵੇਖਦੇ ਹਾਂ ਇਸ 'ਤੇ ਵਿਸ਼ੇਸ਼ ਰਿਪੋਰਟ। ਮੈਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਸਕੱਤਰ ਗੁਰਮੀਤ ਕੌਰ। ਅੱਜ ਦਾ ਜਿਹੜਾ ਅਸੀਂ ਇਹ ਧਰਨਾ ਲਾਇਆ, ਅਸੀਂ ਆਪਣੀਆਂ ਮੰਗਾਂ ਦੀ ਖਾਤਰ ਲਾਇਆ। ਸਾਡੀਆਂ ਪੰਜਾਬ ਸਰਕਾਰ ਦੇ ਨਾਲ ਵਾਰ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਾਡੀਆਂ ਕੁਝ ਮੰਗਾਂ ਨੇ ਜਿਹੜੀਆਂ ਲਾਰਿਆਂ ਲੱਪਿਆਂ 'ਚ ਹੀ ਲਟਕ ਰਹੀਆਂ ਨੇ। ਅਸੀਂ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ 2018 ਦੇ ਵਿੱਚ ਸੈਂਟਰ ਸਰਕਾਰ ਨੇ ਸਾਡੇ ਮਾਣ ਭੱਤੇ 'ਚ ਵਾਧਾ ਕੀਤਾ ਸੀ, ਜਿਸ ਵਿੱਚੋਂ ਪੰਜਾਬ ਸਰਕਾਰ 600 ਰੁਪਇਆ ਵਰਕਰ ਅਤੇ 300 ਰੁਪਇਆ ਹੈਲਪਰ ਦਾ ਕੱਟੀ ਬੈਠੀ ਹੈ। ਅਤੇ ਸਾਡੀ ਜਦੋਂ ਵੀ ਅਸੀਂ ਕੋਈ ਮੀਟਿੰਗ ਕਰਦੇ ਹਾਂ ਤਾਂ ਸਾਨੂੰ ਇਹ ਭਰੋਸਾ ਦਵਾਇਆ ਜਾਂਦਾ ਕਿ ਤੁਹਾਡੀ ਮੰਗ ਜਾਇਜ਼ ਹੈ, ਤੁਹਾਨੂੰ ਜਲਦੀ ਹੀ ਇਹ ਪੂਰੀ ਕੀਤੀ ਜਾਏਗੀ। ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਹਜੇ ਤੱਕ ਸਾਡੀ ਇਹ ਮੰਗ ਪੂਰੀ ਨਹੀਂ ਕੀਤੀ ਗਈ। ਸਾਡੀਆਂ ਵਰਕਰਾਂ ਦੇ ਪੋਸ਼ਣ ਅਭਿਆਨ ਦਾ 500 ਰੁਪਇਆ ਵਰਕਰ ਅਤੇ 250 ਰੁਪਇਆ ਹੈਲਪਰ ਨੂੰ ਦਿੱਤਾ ਜਾਣਾ ਸੀ, ਜੋ ਕਿ ਉਹ ਵੀ ਸਰਕਾਰ ਨੇ ਹਜੇ ਤੱਕ ਸਾਨੂੰ ਜਾਰੀ ਨਹੀਂ ਕੀਤਾ। ਇਸ ਤੋਂ ਬਾਅਦ ਸਾਡੇ PMMY ਦੇ ਫਾਰਮ ਭਰੇ ਜਾਂਦੇ ਹੈ, ਜਿਸ ਗਰਭਵਤੀ ਦੇ ਪਹਿਲਾ ਬੱਚਾ ਹੁੰਦਾ ਹੈ ਉਸ ਨੂੰ ਅਸੀਂ ਫਾਰਮ ਭਰ ਕੇ ਦਿੰਦੇ ਹਾਂ, ਉਸਦੇ ਖਾਤੇ ਵਿੱਚ ਪੈਸੇ ਪੁਆਏ ਜਾਂਦੇ ਹਨ। ਇਸ ਦੇ ਬਦਲੇ ਵਿੱਚ ਵਰਕਰ ਨੂੰ 200 ਰੁਪਇਆ ਅਤੇ ਹੈਲਪਰ ਨੂੰ 100 ਰੁਪਇਆ ਦਿੱਤਾ ਜਾਣਾ ਸੀ। ਇਹ ਸਕੀਮ 2017 ਵਿੱਚ ਲਾਗੂ ਹੋਈ ਸੀ, ਸਾਨੂੰ ਇਸ ਦਾ ਵੀ ਹਜੇ ਤੱਕ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਅਸੀਂ ਆਪਦੇ ਲਈ ਸਮਾਰਟਫੋਨਾਂ ਦੀ ਮੰਗ ਕਰਦੇ ਹਾਂ ਸਰਕਾਰ ਕੋਲੋਂ। ਸਾਨੂੰ ਵਾਰ ਵਾਰ ਰਿਪੋਰਟਾਂ ਦੀਆਂ ਪੋਸ਼ਣ ਅਭਿਆਨ ਦਾ ਕੰਮ ਕਰਕੇ ਫੋਟੋਆਂ ਭੇਜਣ ਲਈ ਕਿਹਾ ਜਾਂਦਾ ਹੈ, ਕਦੇ ਕੋਈ ਵੀ ਕਾਰਵਾਈ ਦੀ ਫੋਟੋ ਭੇਜਣ ਲਈ ਕਿਹਾ ਜਾਂਦਾ ਹੈ, ਲੇਕਿਨ ਸਮਾਰਟਫੋਨ ਨਹੀਂ ਦਿੱਤੇ ਜਾਂਦੇ। ਅਤੇ ਸਰਕਾਰ ਦਾ ਕਹਿਣਾ ਜਦੋਂ ਤੱਕ ਸਰਕਾਰੀ ਸਮਾਰਟਫੋਨ ਨਹੀਂ ਮਿਲਦੇ ਉਸ ਸਮੇਂ ਤੱਕ ਪੋਸ਼ਣ ਅਭਿਆਨ ਦੇ ਪੈਸੇ ਤੁਹਾਡੇ ਖਾਤੇ ਵਿੱਚ ਨਹੀਂ ਪਾਏ ਜਾ ਸਕਦੇ। ਅਸੀਂ ਆਪਦੇ ਲਈ ਸਮਾਰਟਫੋਨ ਦੀ ਮੰਗ ਕਰਦੇ ਹਾਂ। ਅਸੀਂ ਜਿਹੜੀਆਂ ਵਰਕਰਾਂ ਹੈਲਪਰਾਂ ਦੀਆਂ ਸੀਟਾਂ ਖਾਲੀ ਹੈ ਉਹਨਾਂ 'ਤੇ ਭਰਤੀ ਚਾਹੁੰਦੇ ਹਾਂ। ਇਸ ਤੋਂ ਇਲਾਵਾ ਅਸੀਂ ਜਿਹੜੀ ਸੁਪਰਵਾਈਜ਼ਰਾਂ ਦੀ ਭਰਤੀ ਹੈ ਉਹਨੂੰ ਮੁਕੰਮਲ ਕਰਵਾਉਣਾ ਚਾਹੁੰਦੇ ਹਾਂ, ਅਤੇ ਜਿਹੜੀਆਂ ਗਲਤ ਭਰਤੀ ਕੀਤੀਆਂ ਗਈਆਂ ਸੁਪਰਵਾਈਜ਼ਰਾਂ ਨੇ ਉਹਨਾਂ ਨੂੰ ਮਹਿਕਮੇ ਵਿੱਚੋਂ ਕੱਢ ਕੇ ਉਹਨਾਂ ਦੀ ਜਗ੍ਹਾ ਸਹੀ ਯੋਗ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਿਸ ਤਰ੍ਹਾਂ ਵੀ ਸਾਡੀ ਸੂਬਾ ਯੂਨੀਅਨ ਦਾ ਫੈਸਲਾ ਹੋਏਗਾ ਅਸੀਂ ਅਗਲੀਆਂ ਆਪਦੀਆਂ ਐਕਟੀਵਿਟੀਜ਼ ਉਸੇ ਤਰ੍ਹਾਂ ਹੀ ਕਰਾਂਗੇ। ਜਿੱਥੇ ਤੱਕ ਵੀ ਸਾਨੂੰ ਧਰਨੇ ਦੇਣੇ ਪੈਣਗੇ ਦੇਵਾਂਗੇ।